ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਆਪਾਂ ਬਾਈ ਪਟਿਆਲੇ ਤੋਂ ਨਿਕਲਦੇ ਨਿਕਲਦੇ ਥੋੜ੍ਹੇ ਲੇਟ ਹੋ ਗਏ ਸੀਗੇ, ਸੋ ਕਿਉਂਕਿ ਕੰਮ ਸੀਗਾ ਕਾਫੀ ਸਾਰਾ ਘਰ ਵੀ, ਐਂਡ ਉਹ ਤੋਂ ਬਾਅਦ ਚੰਡੀਗੜ੍ਹ ਜਾਣਾ ਸੀ। ਚੰਡੀਗੜ੍ਹ ਜਾ ਕੇ ਸਨੋਅ ਚੇਂਜ ਜਿਹੜੀ ਨਹੀਂ ਸੀ ਇੰਪੋਰਟਡ ਉਹ ਚੇਂਜ ਕਰਨੀ ਹੈ। ਸੋ ਮੈਂ ਕਿਹਾ ਵੀ ਕਾਹਲੀ ਕਾਹਨੂੰ ਕਰਨੀ, ਜ਼ਰੂਰੀ ਕੰਮ ਨਿਪਟਾ ਕੇ ਫਿਰ ਹੀ ਟੂਰ 'ਤੇ ਜਾਣਾ ਚਾਹੀਦਾ। ਤੋ ਬਾਕੀ ਪਲੈਨ ਅਸੀਂ ਰੱਖਿਆ ਸੀ ਵੀ ਮੌਕੇ 'ਤੇ ਜੋ ਮੂਡ ਬਣਿਆ ਜਿੱਥੇ ਪਹੁੰਚ ਕੇ ਰਾਤ ਤੱਕ ਉੱਥੇ ਆਪਾਂ ਔਨ ਦਾ ਸਪੋਟ ਹੀ ਦੇਖ ਲੈਂ ਵੀ ਕਿੱਥੇ ਪਹੁੰਚਣਾ। ਤੋ ਦੇਖਦੇ ਹਾਂ ਕਿੱਥੇ ਪਹੁੰਚਦੇ ਹਾਂ ਅੱਜ ਫਿਰ। 3 hours later, ਸੋ ਤਕਰੀਬਨ ਪਟਿਆਲੇ ਤੋਂ ਚੰਡੀਗੜ੍ਹ ਦਾ ਕੰਮ ਕਰਦੇ ਕਰਦੇ 3 ਘੰਟੇ ਲੱਗ ਗਏ ਸਾਨੂੰ। ਬਸ ਉਸ ਤੋਂ ਬਾਅਦ ਹੁਣ ਅਸੀਂ ਚੰਡੀਗੜ੍ਹ ਤੋਂ ਨਿਕਲ ਕੇ ਵਾਪਸ ਹਿਮਾਲਿਅਨ ਐਕਸਪ੍ਰੈਸ ਵੇ 'ਤੇ ਜਾ ਰਹੇ ਹਾਂ, ਟੋਲ ਟੈਕਸ ਭਰਾਂਗੇ ਫਿਰ ਅੱਗੇ ਨਿਕਲਾਂਗੇ। ਸਾਡਾ ਆ ਗਿਆ ਫਸਟ ਸਟੋਪੇਜ ਪੁਆਇੰਟ ਸ਼ਰਮਾ ਢਾਬਾ, ਪਰਵਾਣੂ ਟਿੰਬਰ ਟ੍ਰੇਲ ਤੋਂ ਬਾਅਦ ਆਉਂਦਾ ਜਸਟ, ਐਂਡ ਇਹਦੀ ਥਾਲੀ ਵਗੈਰਾ ਅੱਛੀ ਹੁੰਦੀ ਆ। ਅੱਗੇ ਫਿਰ ਨਿਕਲਾਂਗੇ ਇਸ ਤੋਂ ਬਾਅਦ ਚੱਕੀ ਮੋੜ ਵੱਲ। ਸੋ ਫਰੈਂਡਸ, ਇਹ ਦੇਖੀਏ ਅੱਜ ਰਾਇਤਾ ਆ ਗਿਆ, ਰਾਇਤਾ ਚੌਲ ਮਿਕਸ ਵੈਜ ਦਾਲ, ਔਰ ਇਹਦੇ ਨਾਲ ਇਹ WWF ਪੈਟਾ ਆਰਗਨਾਈਜੇਸ਼ਨ ਦੇ ਮੈਂਬਰ। ਚੱਕੀ ਮੋੜ ਤੋਂ ਆਪਾਂ ਰਾਈਟ ਮੁੜ ਜਾਂਗੇ ਥੱਲੇ ਨੂੰ, ਥੋੜ੍ਹਾ ਜਿਹਾ ਆਫ ਬੀ ਟ੍ਰੇਲ ਹੈ, ਅਸੀਂ ਇਹ ਟ੍ਰੇਲ ਫੋਲੋ ਕਰਕੇ ਪਹੁੰਚ ਜਾਂਗੇ ਸ਼ਿਮਲਾ ਨਾਹਨ ਰੋਡ 'ਤੇ, ਫਿਰ ਉੱਥੋਂ ਅਸੀਂ ਜਾਵਾਂਗੇ ਰਾਜਗੜ੍ਹ ਵੱਲ। ਐਂਡ ਚੱਕੀ ਮੋੜ ਜੇ ਲੋਕਲ ਬੰਦੇ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇੱਥੇ ਬਰਡ ਫੋਟੋਗ੍ਰਾਫੀ ਵਾਲੇ ਕਾਫੀ ਲੋਕ ਆਉਂਦੇ ਆ, ਸੋ ਫੇਮਸ ਏਰੀਆ। ਮੈਂ ਵੀ ਇੱਕ ਦੋ ਵਾਰੀ ਬਰਡ ਫੋਟੋਗ੍ਰਾਫੀ ਲਈ ਆਇਆ ਹੋਇਆ ਇੱਥੇ, ਐਂਡ ਬਰਡ ਸੈਟਿੰਗ ਕਾਫੀ ਅੱਛੀ ਹੁੰਦੀ ਹੈ। ਬਾਕੀ ਇੱਕ ਛੋਟਾ ਜਿਹਾ ਆਫ ਰੋਡ ਪੁਆਇੰਟ ਆ, ਉਹ ਵੀ ਅਸੀਂ ਟਰਾਈ ਕਰਾਂਗੇ। ਸੋ ਅਸੀਂ ਚੱਕੀ ਮੋੜ 'ਤੇ ਥੋੜ੍ਹਾ ਜਿਹਾ ਬਸ ਫੋਟੋਆਂ ਖਿੱਚਣ ਆਏ ਸੀ ਥੱਲੇ, ਐਂਡ ਦ ਬੈਸਟ ਪੋਰਸ਼ਨ ਆਫ ਆਫ ਰੋਡਿੰਗ ਜੋ ਹਮੇਸ਼ਾ ਤੁਹਾਨੂੰ ਆਉਣੀ ਚਾਹੀਦੀ ਹੈ, ਦੈਟ ਇਜ਼ ਓਬਵੀਅਸਲੀ ਰਿਵਰਸ ਕਰਨਾ ਔਖੀ ਲੋਕੇਸ਼ਨ 'ਤੇ। ਹੁਣ ਇਸ ਪੁਆਇੰਟ ਦੇ ਉੱਤੇ ਵੈਸੇ ਤਾਂ ਮੈਂ ਗੱਡੀ ਘੁਮਾ ਸਕਦਾ ਸੀ 2-3 ਵਾਰੀ ਕੱਟ ਮਾਰ ਕੇ, ਬਟ ਇੰਟੈਂਸ਼ਨਲੀ ਮੈਂ ਗੱਡੀ ਨੂੰ ਰਿਵਰਸ ਲੈ ਗਿਆ ਇੱਥੋਂ ਦੀ। ਹੁਣ ਉਹਦਾ ਰੀਜ਼ਨ ਇਹ ਹੈ ਕਿ ਜਸਟ ਟੂ ਐਨਹੈਂਸ ਮਾਈ ਸਕਿੱਲਸ। ਤੋ ਮੈਂ ਦੇਖਣਾ ਚਾਹੁੰਦਾ ਸੀ ਵੀ ਠੀਕ ਹੈ ਆਪਾਂ ਸਿੱਧੀ ਰਿਵਰਸ ਕਰ ਵੀ ਸਕਦੇ ਹਾਂ ਕਿ ਨਹੀਂ। ਠੀਕ ਹੈ, ਆਈ ਡਿਡ ਇਟ ਵੈਲ, ਬਟ ਇਹਦੇ ਲਈ ਫਿਰ ਤੁਹਾਨੂੰ ਪਤਾ ਵੀ ਕਾਫੀ ਸੈਂਸਿਸ ਖੋਲ੍ਹ ਕੇ ਐਂਡ ਪ੍ਰੈਕਟਿਸ ਚਾਹੀਦੀ ਹੁੰਦੀ ਹੈ, ਐਂਡ 360 ਕੈਮਰਾ ਡੈਫੀਨੇਟਲੀ ਹੈਲਪਸ, ਇਟ ਗਿਵਸ ਯੂ ਦੀਜ ਯੂਨੀਕ ਐਂਗਲਸ। ਕਦੀ ਔਕਵਰਡ ਵੀ ਲੱਗਦੇ ਐਂਗਲਸ, ਬਟ ਠੀਕ ਹੈ, ਗੁੱਡ ਫੋਰ ਫਨ। ਆਪਾਂ ਤਾਂ ਫਨ ਹੀ ਕਰਨਾ ਹੈ, ਦਿਸ ਨਥਿੰਗ ਸੀਰੀਅਸ ਇਨ ਦੀਜ਼ ਵੀਡੀਓਜ਼, ਬਟ ਜਸਟ ਫੋਰ ਫਨ ਜੋ ਵੀ ਮੈਂ ਟਰੈਵਲ ਕਰਦਾ। ਐਂਡ ਠੀਕ ਹੈ, ਅੱਛਾ ਐਂਗਲ ਦੇ ਜਾਂਦਾ, ਤੁਸੀਂ ਭਾਵੇਂ ਸਾਰੀ ਗੱਡੀ ਲੈ ਲਓ ਇੱਕ ਸਾਈਡ ਤੋਂ, ਇਟ ਗਿਵਸ ਯੂ ਦ ਫੀਲਿੰਗ ਆਫ ਫਲਾਇੰਗ ਅ ਡਰੋਨ ਔਨ ਯੂਰ ਕਾਰ। ਲਿੰਕ ਰੋਡ ਤੋਂ ਨਿਕਲ ਕੇ ਆਪਾਂ ਫਿਰ ਲੈਫਟ ਹੋ ਜਾਣਾ ਸ਼ਿਮਲਾ ਨਾਹਨ ਰੋਡ 'ਤੇ, ਲੈਫਟ ਹੋ ਕੇ ਅੱਗੇ ਕੁਮਾਰ ਹੱਟੀ ਤੋਂ ਪਹਿਲਾਂ ਰਾਈਟ MM ਯੂਨੀਵਰਸਿਟੀ ਜਾਂ ਜਿੱਥੋਂ ਰਾਜਗੜ੍ਹ ਵੱਲ ਮੁੜਦੇ ਹਾਂ ਉੱਥੇ ਮੁੜ ਜਾਣਾ। ਬੇਸਿਕਲੀ ਕੁਮਾਰ ਹੱਟੀ ਤੋਂ ਲੈ ਕੇ ਨਾਹਨ ਤੱਕ ਪੂਰਾ ਸਟ੍ਰੈਚ ਇੱਦਾਂ ਹੀ ਹੈ, ਕਾਫੀ ਅੱਛਾ ਰੋਡ ਬਣਿਆ ਹੋਇਆ ਵਿਦਆਊਟ ਐਨੀ ਪੋਟਹੋਲਸ, ਐਂਡ ਕੁਆਇਟ ਸੀਨਿੰਗ ਸਟ੍ਰੈਚ ਹੈ ਵੀ।
This is the route map from Kumarhatti to Hawker Resort. So, Kumarhatti to Rajgarh to pehli apna Chhella wal jana, Chhella to fir Gumma, Kotkhai to pehla honda. Gumma to andar ek route janda hai. Maps te matlab ka well defined hai basically. Jo Baghi de kol nikalda hai, Baghi Narkanda Rodu route de utte hai. To Baghi de just right side te jaake ek 1.5 km upar kacha rasta janda Hawker Resort nu. Hawker Resort jande halki barf pai hui sigi, road thodi slippery sigi and 4x4 chasi laga liya just for precaution, but easy siga stretch upar jaan nu. Otherwise itthe 3 to 4 foot barf vi pendi hai jo ki January ch pendi basically. Bas Hawker thoda late pahunche jaake dinner kita and 2-3 ghante fir main night photography kiti. You can see all the views, baki vlog next which explain karenge bhi ki hor ki kita si. Okay bye, sat sri akal.